ਇਧਰ ਆਈ ਉਹ ਤੈਨੂੰ ਕਹਿਣ ਦੇ ਆ ਇਧਰ ਆ ਹਾਂਜੀ ਭਾਜੀ ਕੀ ਹੈ ਤੇਰੇ ਕੋ ਸਾਰਾ ਕੁਛ ਆ ਜਾਓ ਆ ਜਾਓ ਆ ਜਾਓ ਮਿਸ ਬਿਲਕੁਲ ਜਗ੍ਹਾ ਥੋੜੀ ਆ ਜਗ੍ਹਾ ਥੋੜੀ ਨਹੀਂ ਆਪਾਂ ਇਹ ਟੇਬਲ ਲਵਾ ਲੈਂਦੇ ਆ ਜਾਓ ਟੇਬਲ ਲਵਾ ਫਿਰ ਵਾਵਾ ਸਾਰੇ ਲਵਾ ਟੇਬਲ ਆ ਜਾਓ ਆ ਜਾਓ ਮਿਸ ਬਿਲਕੁਲ ਆਓ ਗੱਡੀ ਕਿੱਥੇ ਲਾਵਾਂ ਗੱਡੀ ਆ ਪਿੱਛੇ ਲਾ ਲਓ ਗੱਡੀ ਪਿੱਛੇ ਲਾ ਲਓ ਅੱਛਾ ਠੀਕ ਆ ਜਾਓ ਆ ਜਾਓ ਆ ਜਾਓ ਓ ਚੱਲ ਓ ਯਾਰ ਇਧਰ ਆ ਜਾ ਜਲਦੀ ਲਾ ਲਓ ਗੱਡੀ ਇੱਥੇ ਲਾਓ ਇੱਥੇ ਲਾਓ ਆ ਜਾਓ ਥੱਲੇ ਆ ਜਾਓ समान जगह बहुत है बंदे भाए भाजी बंदे उठ जाते बुलाओ होरां ने भी आना है होरां ने भी आना बंद झोलियां जी पाउणा किन्ने बंदे है ਬੰਦੇ 30-35 ਹੋ ਜਾਣੇ ਆਹੋ ਤਾਂ ਠੀਕ ਹੈ ਬੁਲਾਓ ਉਹਨਾਂ ਨੂੰ ਨਾਸ਼ਤਾ ਕੁੱਤਾ ਜਰ ਕੋਈ ਇੰਨਾ ਕੁ ਪਿਆ ਨਾ ਉਹਨਾਂ ਸਾਰਾ ਪਿਆ ਅੱਲਾ ਦੀ ਮਿਹਰਬਾਨੀ ਨਾਲ ਭਾਜੀ ਜੇ ਦੇ ਕੇ ਪਿੱਛੇ ਪਈ ਆ ਅੱਛਾ ਹਾਂ ਸ਼ਾਮ ਤੱਕ ਚੱਲਣਾ ਸਾਡਾ ਸਿਲਸਿਲਾ ਚੱਲ ਕਰ ਲਓ ਫੋਨ ਤੁਸੀਂ ਓ ਟੇਬਲ ਲਾ ਅਜੇ ਅਗਰ ਟੇਬਲ ਲਾ ਜਲਦੀ ਕਰ ਓ ਸ਼ੇਰੀ ਓਏ ਲੈ ਯਾਰ ਬੰਦੇ ਆ ਜਾ ਇੱਥੇ आ तारकाबाद पुल तो थले उतरेगा ना नाल ही पुछ ली आ शमली मल आया लै आना सारे नु किन्ने बंदे भाजी थोड़े 35 का 35 का आ कोई नहीं मंगाओ टेबल इथे टेबल ओ टेबल ला मुंडिया ओए आयो अपनो बैठो बैठो भाजी बैठो हेलो भाजी पानी यार बोतल वाला नहीं है बोतल आ जानी है बोतल आ जानी है सर नहीं बोतल चल फिलहाल मैं यही पी लेना वा हां बोतल ठंडिया लगी है भाजी ते कितना का पया तेड को सामान की है तेड भाजी 40 का बंदा रेंज हैगा 40 का हां ते जे कोई ताजा पकाना पवे ओ च कितना टाइम नहीं ताजा जी भाजी जे ताजा ही पकया सवेरे पका के लेंदा नहीं जे साडे बंदे वध जान घट जान मैं ता कह ओ कर लांगे ओ कोई मसला नहीं हैगा हाशियो मलीम कह है उधर भी अपनी शॉप हैगी उधर जो जरूरत पे मंगवा लांगे यार बंदे बहुते आ ना बाद जो सड़क ते दरिया बिछाउंदा फिरे ओ दरिया भाजी इथे सियाणे बहुत हो गए भी इन्ने दरिया की करनियां टेबल लगे अंदर भी पए आ बेंच किन्ने ही ओ बंदे सफा दे भी बैठे अंदर हां सर किन्ने बंदे है 17 ਬੰਦੇ ਆ ਤੇਰੇ ਨਾਲ 17 ਕੁ ਬੰਦੇ ਹੋਰ ਵੱਧ ਗਏ ਕੋਈ ਨਹੀਂ ਬੁਲਾ ਲਓ ਆ ਜਾ ਇਹ ਬੰਦੇ ਭਾਜੀ ਕਿੱਥੋਂ ਆ ਰਹੇ ਬੈਣ ਨੂੰ ਹੈਗਾ ਵਾ ਨਾ ਹਾਂ ਹਾਂ ਹੈਗਾ ਭਾਜੀ ਹੈਗਾ ਬੈਣ ਨੂੰ ਜਗ੍ਹਾ ਵੀ ਹੈ ਵਾ ਉਹ 25 ਜਾਣੇ ਉਹ ਆ ਰਹੇ ਆ 17 ਤੁਸੀਂ ਚਲੋ ਆ ਜਾਓ ਤਾਰਕਾਬਾਦ ਪੁਲ ਦੇ ਨਾਲ ਹੀ ਹਾਸ਼ਮ ਹਲੀਮ ਤੇ ਆ ਜਾਓ ਹਾਸ਼ਮ ਹਲੀਮ ਤੇ ਆ ਜਾਓ ਹਾਂ ਚਲ ਆ ਜਾ ਪਕਾਇਆ ਕੀ ਕੀ ਆ ਹੈ ਕੀ ਪਕਾਇਆ ਵਾ ਭਾਜੀ ਹਲੀਮ ਹੀ ਹੁੰਦਾ ਸਾਡੇ ਕੋਲ ਹਲੀਮ ਤੋਂ ਇਲਾਵਾ ਕੀ ਆ ਕੁਝ ਨਾਲ ਚਾਵਲ ਲੱਸੀ ਆ ਅੱਛਾ ਹਾਂਜੀ ਇਹ ਸਦਾਤਾ ਸਲਾਦ ਆ ਅੱਛਾ ਚਾਟੀ ਦੀ ਲੱਸੀ ਆ ਅੱਛਾ ਲੱਸੀ ਪਿੰਡੋਂ ਮੰਗਾਉਂਦੇ ਪਿੰਡੋਂ ਮੰਗਵਾਈ ਦੀ ਇਸ ਤੋਂ ਇਲਾਵਾ ਕੀ ਆ ਇਸ ਤੋਂ ਇਲਾਵਾ ਪੋਲਾ ਜੀ ਆ ਬੱਸਾਂ ਜਾਣ ਡੀਆਂ ਆਉਣ ਡੀਆਂ ਆ ਇਹ ਹੀ ਆ ਵੀ ਤੁਸੀਂ ਜਿਹੜੀ ਗੱਲ ਕਰਨ ਵਾਲੀ ਉਹ ਕਰੋ ਸਾਡੇ ਨਾਲ ਤੁਹਾਨੂੰ ਕਿਹ ਬੰਦੇ ਬੁਲਾਓ ਹੈਗਾ ਸਮਾਨ ਹਰ ਰਾਗ ਯਾਰ ਤੁਸੀਂ ਆਪਣੇ ਨਹੀਂ ਤੇ ਨਹੀਂ ਉਹਨੇ ਤੈਨੂੰ ਪਾ ਕੇ 25 ਬੰਦੇ ਗਏ ਸੀ ਅੱਛਾ ਤੇਰੇ ਨਾਲ 19 ਜਾਣੇ ਹੋਰ ਆ 19 ਹੋਰ ਨੇ ਬੰਦੇ ਬੁਲਾ ਲਓ ਚਲੋ ਆ ਜਾਓ ਭਾਜੀ ਬੰਦੇ ਆ ਕਿੱਥੋਂ ਰਹੇ ਨੇ ਬਿਸਤੀ ਨਾ ਕਰਵਾਈ ਵੀ ਉਹ ਨਾ ਓ ਯਾਰ ਬਿਸਤੀ ਭਾਜੀ ਕਾਦੀ ਕਰਾਉਣੀ ਹੈ ਰੋਟੀ ਖਾਣੀ ਹੈ ਬੰਦੇ ਲੜਨਾ ਇੱਥੇ ਆ ਕੇ ਮਤਲਬ ਤੇਰੇ ਕੋਲ ਸਮਾਨ ਪੂਰਾ ਆ ਨਾ ਸਮਾਨ ਪੂਰਾ ਆ ਲੈ ਯਾਰ 19 ਦੇ 20 ਵੀ ਹੋ ਜਾਣ ਖੈਰ ਆ ਕੋਈ ਗੱਲ ਨਹੀਂ ਜਿੰਨੇ ਵੀ ਹੋ ਜਾਣ ਕੋਈ ਗੱਲ ਨਹੀਂ 19 ਕੀ ਹੋਈ ਜਾਂਦੀ ਬੰਦੇ ਦੀ ਤੂੰ 19 20 ਕਰ ਲੈ
ਹੁਣ ਆ ਜਾ ਫਟਾਫਟ, ਇਹ ਨਾ ਹੋਵੇ ਮੁੜ ਕੇ ਹਰਸ਼ਾ ਠੰਡੀ ਹੋ ਜੇ। ਅੱਛਾ ਚਾਟੀ ਦੀ ਲੱਸੀ ਆ ਤੁਹਾਡੇ ਕੋਲ? ਨਾ ਹਾਂ ਹਾਂਜੀ ਨਾ ਨਾ ਤੇ ਇਸ ਤੋਂ ਇਲਾਵਾ ਪੋਲਣੰਗ ਦਾ ਨਹੀਂ, ਉਹ ਤਾਂ ਵੈਸੇ ਭਾਜੀ ਦਾ ਨਾ ਸ਼ੁਗਲ ਕੀਤਾ ਸੀ, ਵੈਸੇ ਵੈਸੇ ਗੱਲ ਕੀਤੀ ਸੀ। ਇਹ ਤੇ ਹੋ ਗਿਆ ਨਾ, ਚਲੋ ਇਸ ਤੋਂ ਇਲਾਵਾ ਕੀ? ਇਸ ਤੋਂ ਇਲਾਵਾ ਭਾਜੀ 15-20 ਮੁੰਡੇ ਕੰਮ ਕਰਦੇ ਆ, ਹਾਸ਼ਮ ਆਪ ਖੜਾ ਆ। ਉਹਨਾਂ ਨੂੰ ਤੁਸੀਂ ਆਪ ਰੋਟੀ ਦੇਣੀ? ਕਿਹਨਾਂ ਨੂੰ? ਆ ਮੇਰੇ ਬੰਦੇ ਲੈਦਾ ਆ ਰਹੇ। ਨਹੀਂ ਨਹੀਂ ਉਹਨਾਂ ਰੋਟੀ ਉਹਨਾਂ ਨੂੰ ਛੱਡ ਦਿਓ, ਉਹਨਾਂ ਟੈਨਸ਼ਨ ਹੀ ਨਹੀਂ। 19-17 ਤੇ 25 ਕਿੰਨੇ ਹੋ ਗਏ? ਗਿਣ ਲਓ ਤੁਸੀਂ। 19-17-25 ਹੋ ਗਏ, 54 ਬੰਦੇ। ਹੈਂ ਹੈਂ 54 ਬੰਦੇ, 54 ਬੰਦੇ। ਇੱਕ ਮਿੰਟ ਫੇਰ। ਹਾਂ ਭਾਈ ਸ਼ਬਾਦ, ਕਿੰਨੇ ਆ ਤੇਰੇ ਨਾਲ? ਕਿੰਨੇ? 27 ਬੰਦੇ ਆ। 27 ਬੰਦੇ ਹੋਰ ਆ? ਬੰਦੇ ਕਿੱਥੋਂ ਇੰਨੇ ਬੁਲਾਈ ਜਾਂਦੇ ਭਾਜੀ? ਖੈਰ ਆ ਯਾਰ, ਯਾਰ ਦੋਸਤ ਕਿਤੇ ਹਫ਼ਤੇ 'ਚ ਇੱਕ ਦਿਨ? ਯਾਰ ਦੋਸਤ ਇੰਨੇ ਹੁੰਦੇ ਵੀ 27 ਇੱਕ ਆ ਗਏ, 17 ਇੱਕ ਆ ਗਏ। ਹੁਣ ਰੇਂਜ ਹੈ ਵਾ ਨਾ? ਆ ਹੋਇਆ ਵੇ, ਲੈ ਜਾ ਯਾਰ ਹਾਸ਼ਮ ਲੀਮ ਵਾਲੇ ਕੋਲ, ਆ ਪੁਲ ਜਿੱਥੋਂ ਲੰਘ ਕੇ ਆਹੋ ਆ ਜਾ। ਮੈਂ ਲੋਕੇਸ਼ਨ ਭੇਜ ਦਿੰਦਾ ਤੈਨੂੰ, ਛੇਤੀ ਪਹੁੰਚੀ ਮੇਰਾ ਵੀਰ। ਮੈਂ ਲੋਕੇਸ਼ਨ ਸੈਂਡ ਕਰਤੀ, ਉਹ ਨਾ ਹੋਵੇ ਹੁਣ ਮੈਨੂੰ ਤੁਸੀਂ ਦਲੀਲ ਕਰ। ਭਾਜੀ ਤੁਸੀਂ ਕਿਉਂ ਟੈਨਸ਼ਨ ਲੈਣ ਡਏ ਹੋ? ਸਾਨੂੰ ਐਵੇਂ ਪਰੇਸ਼ਾਨ ਕੀਤਾ, 200 ਬੰਦਾ 300 ਬੰਦਾ ਅਸੀਂ ਭੁਗਤਾ ਚੁੱਕੇ ਸੁਬਾਹ ਦਾ। ਅੱਛਾ ਹਾਂ ਮੇਰਾ ਵੀਰ, 54 ਤੇ 27 ਤੂੰ ਆਪਣੀ ਹਿਸਾਬ ਲਾ ਲਾ ਵੀ 80-85। ਭਾਜੀ ਫੇਰ ਕੀ ਹੋਇਆ, ਬੰਦੇ ਬਹੁਤੇ ਵੱਧ ਜਾਣਗੇ ਨਾਲ। ਕਰਾ ਦੇਈ ਇਹ ਨਾਲ ਕਬਰਸਤਾਨ ਵੀ ਹੈ ਭਾਜੀ, ਉੱਥੇ ਉਹਨਾਂ ਦੇ ਚਦਰਾ ਪਾ ਦੇਣਗੇ, ਲੋਕਾਂ ਨੇ ਇਸ ਨੂੰ ਟੇਬਲ ਲਾਏ ਆ। ਉਹ ਐਡੇ ਵੀ ਬੇਵਕੂਫ ਨਹੀਂ ਹੈਗੇ, ਉਹਨੇ ਉੱਚੀ ਜਗ੍ਹਾ ਤੇ ਭਾਜੀ ਰੋਟੀ ਖਾਣੀ, ਉਹਨਾਂ ਨੇ ਕਿਹੜਾ ਮਹੀਨਾ ਰਹਿਣਾ ਸਾਡੇ ਕੋਲ। ਚਲੋ ਫਿਰ ਥੋੜਾ ਹਲੀਮ ਚੈੱਕ ਕਰਾਓ ਨਾ। ਓਏ ਮੁੰਡਿਆ ਗੋਗੇ, ਓਏ ਹਲੀਮ ਲੈ ਗਿਆ ਨਾਲੇ ਚਮਚ ਲੈ ਵੀ ਨਾਲ। ਭਾਜੀ ਤੁਸੀਂ ਹਲੀਮ ਖਾਓਗੇ ਤੁਹਾਡੇ ਮਹਿਮਾਨ ਖੁਸ਼ ਹੋ ਜਾਣਗੇ। ਅੱਛਾ ਹਾਂ, ਹਲੀਮ ਮੈਂ ਖਾਵਾਂਗਾ, ਮਹਿਮਾਨ ਖੁਸ਼ ਹੋ ਜਾਣਗੇ। ਭਾਜੀ ਤੁਸੀਂ ਖਾਣਾ ਨਹੀਂ ਹੈਗਾ? ਮੈਂ ਤਾਂ ਚੈੱਕ ਕਰਨਾ ਖਾਣਾ ਉਹਨਾਂ ਨੇ। ਨਹੀਂ ਚੈੱਕ ਕਰਨਾ ਕੀ ਗੱਲ, ਤੂੰ ਪਕਾਉਣ ਡਿਆ ਵੀ ਤੂੰ ਚੈੱਕ ਕਰਨਾ? ਜੈਕਾ ਪਤਾ ਲੱਗ ਜਾਣਾ ਕਿਹੋ ਜਿਹਾ। ਜੈਕਾ ਬਹੁਤ ਅੱਛਾ, ਜਿਹਨੂੰ ਮਰਜ਼ੀ ਪੁੱਛ ਲਓ ਆਸ਼ਰਮ ਵਾਲਿਆਂ ਦਾ। ਮੋਟਰਸਾਈਕਲਾਂ ਤੁਸੀਂ ਵੈਸੇ ਵਾਵਾ ਲਵਾਈਆਂ? ਮੋਟਰਸਾਈਕਲ ਭਾਜੀ ਉਹਨਾਂ ਦੀ ਗਾਹਕਾਂ ਦੀਆਂ। ਮਿੱਠੇ ਚੌਲ ਹੁੰਦੇ ਤੁਹਾਡੇ ਕੋਲ? ਹੈ ਮਿੱਠੇ ਚੌਲ ਭਾਜੀ, ਤੁਸੀਂ ਲਾਰੀ ਅੱਡੇ ਆਏ ਹੋ ਵੀ ਇੱਥੇ ਹਲੀਮ ਹੁੰਦਾ ਹੈ, ਸਾਰਿਆਂ ਨੂੰ ਪਤਾ ਹਲੀਮ ਹੁੰਦਾ ਹੈ, ਜਾਂ ਰਾਇਤਾ ਸਲਾਦ ਲੱਸੀ ਹੁੰਦੀ ਹੈ, ਲੱਸੀ ਜਿਹੜੀ ਉਹ ਪਿੰਡ ਦੀ ਆ। ਅੱਛਾ ਹਾਂ, ਆ ਫੜੋ ਤੁਸੀਂ ਹਲੀਮ ਤਾਂ ਖਾ ਕੇ ਵੇਖੋ। ਲੱਸੀ ਭਾਜੀ ਲਿਆਉਣੀ ਕਿ ਬੋਤਲ ਲਿਆਉਣੀ ਆ? ਹਾਂਜੀ ਭਾਜੀ, ਆਸ਼ਮ ਵਾਲੇ ਦਾ ਨਾਂ ਹੈ, ਜਿੱਥੋਂ ਮਰਜ਼ੀ ਜਾ ਕੇ ਪੁੱਛ ਲਵੋ ਅੱਲਾਹ ਦੀ ਮਿਹਰਬਾਨੀ ਦੇ ਨਾਲ। ਫੁੱਲ ਤੱਤੀ ਆ, ਮੈਂ ਇਹ ਕਹਿੰਦੇ ਆ ਤੇ ਠਹਿਰ ਕੇ ਖਾ ਲਓ, ਤੁਹਾਨੂੰ ਕਿਹੜਾ ਕੋਈ ਛੇਂਡੇ ਲੈ ਖੜਾ ਪਿੱਛੇ ਤੁਹਾਡੇ। ਰਾਇਤਾ ਸਲਾਦ ਕਿਹੜਾ ਵਾ? ਆ ਰਾਇਤਾ ਆ ਗਿਆ, ਲੈ ਲਓ ਇੱਕੋ ਵਾਰੀ ਖਾ ਲਓ ਸਾਰਾ ਕੁਛ, ਜੋ ਵੀ ਰਾਮ ਰਾਮ ਨਾਲ ਖਾਓਗੇ ਤੁਹਾਨੂੰ ਪਤਾ ਲੱਗੇਗਾ। ਉਹ ਟੇਬਲ ਵਿਹਲੇ ਕਰਾ ਦੇ। ਹੈ ਕਿਉਂ ਜੂਆ ਕਰਾਉਣਾ ਤੁਸੀਂ? ਹਾਂ ਕੋਈ ਆ ਤੇ ਜਾਓ ਤੁਸੀਂ, ਸਿਰੀਆਂ ਹੈਗੀਆਂ। ਸਿਰੀਆਂ ਕਿਤੋਂ ਭਾਜੀ, ਅੱਜ ਕਿਹੜਾ ਕਿਸੇ ਨੇ ਸਿੱਟੀਆਂ ਹੋਣੀਆਂ? ਕੈਸੀ ਗੱਲ ਕਰਦੇ ਆ, ਵੀ ਸਦਕਾ ਲੈਂਦੇ ਆ, ਸਾਨੂੰ ਲੋਕਾਂ ਨੇ ਸਿਰੀਆਂ ਦੇਣੀਆਂ ਆ ਕੇ। ਯਾਰ ਸਦਕਾ ਨਹੀਂ ਲੈਂਦੇ, ਨਾਲ ਲਈ ਆਇਓ। ਲੈ ਕੈਸੀ ਗੱਲ ਕਰੀ ਜਾਣ ਡੇ, ਪਹਿਲੀ ਵਾਰੀ ਲੈਣਾ ਉਹਨਾਂ ਨੇ। ਭਾਜੀ ਹੁਣ ਦੱਸੋ ਕਿੱਥੇ ਗਏ ਬੰਦੇ ਤੁਹਾਡੇ? ਬੰਦੇ ਆਪਣਾ ਨਾਲੇ ਓਏ ਸਾਰ ਦੇਗ ਉੱਤੇ ਰੱਖਦੇ ਆ ਮੁੰਡਿਆ, ਓਏ ਦੇਗ ਰੱਖਦੇ ਸਾਨ ਦਾ ਗਰਮ ਕਰਦੇ ਸਾਰੀ। ਲੱਸੀ ਕਿੱਥੇ? ਲੱਸੀ ਨਹੀਂ ਵਿਖਾਈ। ਹਾਂ ਆ ਲਓ ਲੱਸੀ, ਆ ਲਓ ਪਹਿਲਾਂ ਸਿਰ ਧੋ ਲਓ ਫਿਰ ਤੁਸੀਂ ਬਾਅਦ ਵਿੱਚ ਪੀ ਲਓ। ਵੀ ਸਾਰੀਆਂ ਚੀਜ਼ਾਂ ਇੱਕੋ ਵਾਰੀ ਮੰਗਾਈ ਜਾਂਦੇ, ਤੁਸੀਂ ਵੀ ਜ਼ਰਾ ਪਹਿਲਾਂ ਖਾ ਤਾਂ ਲਵੋ। ਆ ਚਿੱਟੇ ਰੰਗ ਦੀ ਹੈ? ਹੈ ਲੱਸੀ ਨੀਲੇ ਰੰਗ ਦੀ ਹੁੰਦੀ ਹੈ। ਕਿੱਥੋਂ ਆਏ ਤੁਸੀਂ? ਮੈਂ ਕਿਹਾ ਸ਼ਾਇਦ ਚਾਟੀ ਦੀ ਕਹੀ ਆ, ਕਿਸੇ ਹੋਰ ਰੰਗ ਦੀ ਹੋਵੇ। ਚਾਟੀ ਦੀ ਆ, ਹੋਰ ਚਾਚੀ ਦੀ ਹੈ, ਚਾਟੀ ਦੀ ਹੈ ਇਹ। ਕੈਸੀ ਗੱਲ ਕਰੀ ਜਾਂਦਾ ਤੂੰ? ਆਇਆ ਲੱਸੀ ਵੀ ਹੈਗੀ ਆ ਇਹਨਾਂ ਕੋਲ। ਆਹੋ ਹਲਵਾ ਹੈਗਾ ਤੁਹਾਡੇ ਕੋਲ? ਹੈ ਹਲਵਾ, ਮਿੱਠਾ ਹਲਵਾ। ਹਲਵਾ ਭਾਜੀ ਯਾਰ ਖਾਣੇ ਦਾ ਟਾਈਮ ਆ, ਨਾਸ਼ਤੇ ਦਾ ਨਹੀਂ ਹੈਗਾ। ਉੱਦਾਂ ਹੁੰਦਾ ਕੋਲ? ਹੈ ਇੱਥੇ ਸਿਰਫ ਹਲੀਮ ਹੁੰਦਾ ਆ, ਚਾਟੀ ਦੀ ਲੱਸੀ ਹੁੰਦੀ ਆ, 7-Up ਹੁੰਦੀ ਆ, ਇਹ ਸਲਾਦ ਹੁੰਦੀ ਆ, ਰਾਇਤਾ ਹੁੰਦਾ ਆ, ਇਹ ਹੁੰਦਾ ਇੱਥੇ ਰਾਇਤਾ ਸਲਾਦ, ਚਾਟੀ ਦੀ ਲੱਸੀ, ਹਾਂਜੀ ਹਰੀਆਂ ਮਿਰਚਾਂ, ਨਿੰਬੂ, ਨਾਨ ਹਲੀਮ ਹੁੰਦਾ ਵਾ ਤੇ ਨਾਲ ਇੱਕ ਯਤੀਮ ਹੁੰਦਾ ਵਾ।
जलसे च बंदे कड्ढी जान डे रेंज है बंदे कतल करने यार रोटी खवानी है रोटी उन्होंने खवा देने चल आ जा बंदे तेरे बढ़ने कच दियां बोतलां लै लैन सारा मिक्स करके ना बना के फिर देई दा कच इस तो बजदा भी तेरे वर्गी ब्रांचा छिल हो जाण जिन्हां नूं ये नहीं पता लगे भी हलीम खान डे कैसी गल करी जांदा यार तू 130-135 बंदे हो गए 130-135 बंदे आ इन्ने तेरे जनाजे नाल नहीं होने जिन्ने तू रोटी दे इकट्ठे कीते इन्ने बंदे कित्थों लै के आ गया तू आ तुहाडे नसीब ने ते असीं ते कदी इक दूजे नूं मिले नहीं चलो बुलाओ उन्हां नूं फोन करो आ रहे आ वीर बंदा हो गए 150 इतने आके जी एक मिनट भी खलोते मेरी बड़ी बेइज्जती है तेरी मेहरबानी उन्होंने बहन ली जगह बना मैं बना लेना फटाफट बना मेरा वीर हाँ भाई 130-135 प्लेटा भी धोवा लै ये ना बाद च धो प्लेटा भाजी थल्ले चुकिया आ प्लेटा खिल रही रोड से भी चुकनिया धोनिया आ प्लेटा धोतिया पईया सारिया चलो फिर फटाफट करो ना जगह तो वेली फटाफट दौड़ के तो करना पीए बंदे तेरे आए नहीं है रौला तू पाया आ आप तू तीन नान खा गया बैठा बैठा ही आ जाते हैं बंदे हाँ ऐसा तो दुकानदारी होंगी जिदा शुरू की चलो कोई नहीं ठाल दी हूँ बंदे चलो बंदे टेबल से टाकी मरवा लो है वो तो बरी दिखाई है टेबल से बहना ही है उन्होंने भी उन्होंने जहेज दिखा उ बिरयानी दी एक देख लवा लो सियाने का खत्म तो होना तू ओ भाई बंदे आने जगह खाली करो यार जगह खाली करो चलो उठो यार जगह खाली करो थोड़ी मेहरबानी जगह खाली कर दो उठो यार उठो टेबल खाली कराते हैं भाजी सारे बंदे थोड़े कितने है ओ तेन जेलों लै के आए इदा खाई जान डे आया सुकून ना तो भरा खा तू मजा बहुत आ तू पीक बैठा है टाकी मरवा टाकी मार दें दे। बहुत मजेदार चल भी चल जल्दी कर दे जल्दी खाली कर दे सारे बुलाओ भाजी उन्होंने दो बुरकियां ला ला बड़ा मजेदार नहीं कोई नहीं बुलाओ तुसी आगे तो वेख मैं कहा बुला लो तुसी कोई गल नहीं आंदे बुलाना कहीं गल कितने करके फोन कर लो एक दफा मैं पुछ लेना हाँ शुभाई कितने पहुंचे हो कोई गल नहीं बैगना बथेरी जगह इतने बैगना लग जानी है आयो है यार इको बारी दस दया करो बीती है ना इदा बार बार 43 बंदे होर आ किन्ने 43 43 बंदे होर आ आहो रेंज है बंदे जिहड़ी तेरी गल मन्नी जान डे मैं तो हैरान आ यार क्यों की है तेरे नए नक्शे से तो ये लगता है अभी तू आप पता नहीं कितना रोटी खानी है आयो आयो कोई नहीं दोस्त है अपना वैसे ही और बिठे हो तो चल जा यार देख चुक ले आओ तो आओ 100 नान ले अभी हो तो देख खाली ना चुक ले अबे उनका परी ले आ गया देख खाली का तो की गल भाजी कैसी गल करी है ने भी पानी गर्म करना तेरी लाश नु आनी है सी अल्लाह आओ तो जल्दी कर और को खाना पीना दसो स्वादी हो स्वादी है भाजी अल्लाह माफी दे मेरा दोस्त है उसका एक्सीडेंट होया तुम्हारे दोस्त का इधर वाले दंद जड़े है ना वो टूट गए सारे फिर उसका दूजा चक्कर लवाया अच्छा। इधर वाले भी टूट गए नरम शह खाता वा अच्छा।
ਉਹ ਹੁਣ ਸੋਹਣਾ ਲੱਗਦਾ ਤੇ ਉਹਨੇ ਹਲਵਾ ਖਾਂਦਾ ਵਾ ਨਰਮ ਸ਼ੈ ਆ ਨਹੀਂ ਉਹਦੇ ਕੋਲ ਜਿੱਥੇ ਆ ਜਾਣਾ ਹਲਵਾ ਉਹਨੂੰ ਬਾਹਰੋਂ ਮੰਗਵਾ ਦਿੰਦੇ ਭਾਜੀ ਮੰਗਵਾ ਲਓ ਫਿਰ ਮੰਗਵਾ ਲੈਂਦੇ ਆ ਜਦੋਂ ਆਉਂਦੇ ਮੰਗਵਾ ਲੈਂਦੇ ਕੋਈ ਐਸਾ ਮਸਲਾ ਨਹੀਂ ਹੈਗਾ ਕਰੋ ਉਹਨਾਂ ਨੂੰ ਫੋਨ ਫਿਰ ਮਿੱਠਾ ਨਾ ਹੋਵੇ ਉਹਨੂੰ ਸ਼ੂਗਰ ਆ ਹੈ ਹਲਵਾ ਕਿਹੜਾ ਨਿਮਕ ਵਾਲਾ ਪੱਕਦਾ ਹੁੰਦਾ ਯਾਰ ਤੂੰ ਸਾਡਾ ਦਿਮਾਗ ਖਰਾਬ ਕਰਨ ਦਿਆ ਭਾਈ ਜੀ ਪਕਵਾ ਲਓ ਨਹੀਂ ਨਮਕ ਵਾਲਾ ਹਲਵਾ ਕਿਹੜਾ ਆ ਗਿਆ ਯਾਰ ਪਕਵਾ ਲਓ ਲੈ ਪਕਵਾ ਲਓ ਤੇਰੇ ਲਈ ਤੁਹਾਡੀ ਜ਼ਿੰਮੇਵਾਰੀ ਹੈ ਸਾਡੀ ਨਹੀਂ ਤੂੰ ਨਾਨਕੇ ਵਾਲਾ ਆਇਆ ਵੀ ਹਰ ਗੱਲ ਤੇਰੀ ਪੂਰੀ ਕਰੀ ਜਾਣੀ ਜਿਹੜੀ ਚੀਜ਼ ਸਾਡੇ ਕੋਲ ਹੈਗੀ ਆ ਲਵੋ ਇਹ ਤਾਂ ਲਾਜ਼ਮੀ ਆ ਵਿਚਾਰਾ ਯਾਰ ਮੂੰਹ ਅੱਡ ਕੇ ਭਾਈ ਐਦਾਂ ਮੂੰਹ ਚ ਪਾ ਲਾ ਐਦਾਂ ਖਬਲਿਆ ਪਿਆ ਆ ਇੱਕ ਚੀਜ਼ ਲੰਘਦੀ ਨਹੀਂ ਦੂਸਰੀ ਭਾਈ ਤੂੰ ਨਹੀਂ ਫਿਰ ਜਾਣ ਡਿਆ ਆ ਸਵਾਦੀ ਸਵਾਦੀ ਆ ਇਹ ਬਹੁਤ ਸਵਾਦੀ ਆ ਮਿਰਚ ਚੈੱਕ ਕਰ ਕਲੀ ਫੁੱਲ ਮਜ਼ੇਦਾਰ ਬੁਲਾਓ ਭਾਜੀ ਫਿਰ ਮਹਿਮਾਨਾਂ ਨੂੰ ਆ ਗਏ ਹਲੀਮ ਗਰਮ ਕਰ ਹਰੀਮ ਉਹ ਗਰਮ ਕਿੱਦਾਂ ਛੇੜ ਕੇ ਕਰਨਾ ਆ ਭਾਜੀ ਵੀ ਉੱਤੇ ਰੱਖਿਆ ਆ ਗਰਮ ਹੀ ਆ ਉਹ ਯਾਸਰ ਉਹ ਕਿੱਥੇ ਰਹਿ ਗਏ ਯਾਰ ਉਹ ਆਇਓ ਹਲੀਮ ਨਾਲੋਂ ਤੱਤਾ ਉਹ ਹੀ ਜਾਣਦੇ ਆ ਬਾ ਜਿਹੜਾ ਭਾਜੀ ਆ ਜਾਓ ਜਲਦੀ ਜਲਦੀ ਆ ਜਾਓ ਫਿਰ ਪਤਾ ਕੀ ਆ ਇਦਾਂ ਅੱਛਾ ਨਹੀਂ ਲੱਗਦਾ ਕਿਹਦਾ ਵੇਟ ਕਰਨ ਦੇ ਤੇ ਯਾਰ ਉਹਨੂੰ ਤੂੰ ਜੱਜ ਨੂੰ ਪਹਿਲੇ ਪਾ ਲੈਣਾ ਸੀ ਆਹੀ ਤਾਂ ਇਹਨਾਂ ਹਰਕਤਾਂ ਤੋਂ ਮੈਂ ਤੈਨੂੰ ਕਹਿੰਦਾ ਨਹੀਂ ਆ ਕੌਣ ਆ ਰਿਹਾ ਫਟਾਫਟ ਆ ਯਾਰ ਕੌਣ ਆ ਰਿਹਾ ਭਾਈ ਇੱਥੇ ਹੀ ਲੈ ਆਓ ਕੋਈ ਗੱਲ ਨਹੀਂ ਇੱਥੇ ਹੀ ਆਜੋ 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 ਲੇਡੀਜ਼ ਦਾ ਵੀ ਹੈਗਾ ਬੰਦੋਬਸਤ ਨਹੀਂ ਨਹੀਂ ਜ਼ਿਆਦਾ ਉਹਨੂੰ ਜੱਜ ਕਹਿੰਦਾ ਪਿਆ ਅੱਛਾ ਅੱਛਾ ਆਹੋ ਉਹਦੇ ਨਾਲ ਹੋਈ ਹੈ ਵੀ ਜਿਹੜੇ ਕਚਹਿਰੀ ਵਾਲੇ ਜੱਜ ਉਹ ਤੇਰੇ ਵਰਗੇ ਬੰਦੇ ਤੋਂ ਵਾਕਫ ਵੀ ਨਹੀਂ ਹੁੰਦੇ ਹੁੰਦੇ ਉਹਦੇ ਨਾਲ ਵੀ ਨਾ ਅੱਛਾ ਇਹ ਕੀ ਹੋਇਆ ਭਾਜੀ ਤੁਹਾਡੇ ਉਹ ਲੱਗ ਗਿਆ ਸੀ ਹਲੀਮ ਲੱਗ ਗਿਆ ਯਾਰ ਉਹ ਹਲੀਮ ਦੇਣਾ ਮੇਰੇ ਦੋਸਤਾਂ ਜਿਹੜਾ ਨੱਕ ਨੂੰ ਨਾ ਲੱਗੇ ਨਹੀਂ ਨੱਕ ਨੂੰ ਲੱਗੇਗਾ ਇਹਨਾਂ ਦੇ ਤੁਹਾਡੇ ਮੂੰਹ ਤੇ ਲਿਪਾਂਗੇ ਭਾਜੀ ਅਸੀਂ ਨਾਨ ਵੱਲ ਲਈਓ ਐਦਾਂ ਤੋੜ ਗਿਆ ਤੇ ਐਂ ਕਰਕੇ ਐਂ ਕਰੀ ਗਈ ਐਂ ਕਰਕੇ ਐਂ ਕਰੀ ਤੱਕ ਪਲੇਟ ਦੀ ਜ਼ਰੂਰਤ ਹੀ ਨਾ ਪਵੇ ਪਲੇਟਾਂ ਖੋਲ ਕੇ ਕੈਸੀ ਗੱਲ ਕਰੀ ਜਾਂਦੇ ਭਾਜੀ ਪਲੇਟਾਂ ਹੈਗੀਆਂ ਆ ਜੇ ਲੜਾਈ ਵਾਸਤੇ ਚਾਹੀਦੀਆਂ ਤੇ ਚੀਨੀ ਦੀਆਂ ਮੰਗਵਾ ਲੈਂਦੇ ਘਰੋਂ ਬੰਦੇ ਪਹੁੰਚਣ ਵਾਲੇ ਬੰਦੇ ਪਹੁੰਚ ਜਾਣ ਬੰਦੇ ਨੇ ਕਬਜ਼ਾ ਲੈਣਾ ਰੋਟੀ ਖਾਣੀ ਹੈ ਦੋ ਰੋਟੀਆਂ ਖਾਣਾ ਤੇਰੇ ਲੋ ਬੱਚੇਗੀ ਤੇ ਲਾਵਾਂਗੇ ਚਾਰ ਨਾਨ ਛੇਵਾਂ ਨਾਨ ਤੂੰ ਹੱਥ 'ਚ ਫੜ ਲਿਆ ਆ ਮਜ਼ਾ ਹੀ ਬਹੁਤ ਆਉਂਦੇ ਬਹੁਤ ਸਵਾਦੀ ਨਹੀਂ ਹੱਦ ਹੋ ਗਈ ਆ ਵੀ ਆ ਜੇ ਆ ਜੇ ਚਲੋ ਵੀ ਚਲੋ ਗੱਲ ਹੀ ਕਰਦੇ ਮੁੰਡਿਆਂ ਲੈ ਕੇ ਚੱਲ ਕੇ ਪਲੇਟਾਂ ਲਾ ਫੁੱਟਬਾਲ ਆ ਪੈ ਲਾ ਲਿਆ ਪਰਲੇ ਕੋਲ ਲੈ ਲਿਆ ਭਾਜੀ ਪਲੇਟਾਂ ਲਵਾਓ ਫਟਾਫਟ ਬੰਦੇ ਪਹੁੰਚਣ ਵਾਲੇ ਪਲੇਟਾਂ ਲੱਗ ਗਈਆਂ ਉਹ ਆ ਗਈ ਆ ਭਾਜੀ ਪਲੇਟਾਂ ਹੋਰ ਆ ਜਾਣੀ ਪਰੇਸ਼ਾਨ ਨਾ ਹੋਵੋ ਤਾਜ਼ਾ ਵਾ ਤਾਜ਼ਾ ਭਾਜੀ ਤਾਜ਼ਾ ਹੈ ਸਾਰਾ ਤਾਜ਼ਾ ਆ ਔਰ ਟੇਬਲਾਂ ਤੇ ਲਾ ਦਿਓ ਅੰਦਰ ਸਾਰਾ ਆ ਲਾ ਦਿਓ ਟੇਬਲਾਂ ਦੇ ਅੰਦਰ ਜਾ ਲਾਓ ਟੇਬਲਾਂ ਤੇ ਲਾ ਦਿਓ ਨਾਲੇ ਉਹ ਬਾਹਰ ਜਿਹੜੇ ਟੇਬਲ ਪਏ ਆ ਪੰਜ ਸੱਤ ਉਹ ਵੀ ਅੰਦਰ ਰਖਵਾ ਦਿਓ ਆ ਚੈੱਕ ਕਰ ਭਾਜੀ ਬਸ ਭਾਜੀ ਬਸ ਠੀਕ ਭਾਜੀ ਕਰ ਲੈ ਮੈਂ ਕਿਹਾ ਅਸੀਂ ਤੇ ਚੈੱਕ ਕਰਦੇ ਰਹਿਦਾ ਆ ਬਹੁਤ ਸਵਾਦੀ ਅੰਦਰ ਆ ਵੀ ਟੇਬਲ ਜਿਹੜੇ ਬਾਹਰ ਪਏ ਆ ਵੀ ਲਾ ਜਾਓ ਅੰਦਰ ਮਾੜੀ ਕਰ ਲੈਂਦਾ ਚੱਕ ਯਾਰ ਕੋਈ ਨਹੀਂ ਭਾਜੀ ਖਾਓ ਤੁਸੀਂ ਤੁਹਾਨੂੰ ਕਿਹਾ ਆ ਨਾ ਸਾਡੇ ਵਰਗਾ ਹਲੀਮ ਅੱਲਾ ਦੀ ਮਿਹਰਬਾਨੀ ਦੇ ਨਾਲ ਹਾਸ਼ਮ ਦਾ ਨਾਂ ਆ ਭਾਜੀ ਜਿੱਥੋਂ ਮਰਜ਼ੀ ਜਾ ਕੇ ਪੁੱਛ ਲਓ ਸਹੀ ਨਾਂ ਹਾਂ ਅਸੀਂ ਇੱਕ ਨੰਬਰ ਕੰਮ ਕਰੀਦਾ ਦੋ ਨੰਬਰ ਨਹੀਂ ਕਰੀਦਾ ਆਹ ਪਿੰਡ ਦੀ ਅਸੀਂ ਲੱਸੀ ਲਈਦੀ ਆ ਇਹ ਕਿਸੇ ਨੂੰ ਨਸੀਬ ਨਹੀਂ ਹੁੰਦੀ ਚਾਟੀ ਦੀ ਲੱਸੀ ਭਾਜੀ ਪਿੰਡ ਦੀ ਜਿੱਦਾਂ ਜਿੱਦਾਂ ਜਾਂਦੇ ਆ ਇੱਦਾਂ ਜਾਂਦੇ ਜਿੱਦਾਂ ਕੋਲਿਆਂ ਦੇ ਪੈਂਦੇ ਮੈਂ ਕਹਿਣ ਡਿਆ ਵੀ ਕੋਲਿਆਂ ਦੇ ਤੈਨੂੰ ਪਤਾ ਨਹੀਂ ਕਿੱਥੇ ਜਾ ਰਹੀ ਲੱਸੀ ਇਹ ਲੱਸੀ ਉਹ ਹੈਗੀ ਆ ਭਾਜੀ ਚਾਰ ਦਿਨ ਬੰਦਾ ਪੀਵੇ ਨਾ ਤੇ ਬਾਰੇ ਨਿਆਰੇ ਹੋ ਜਾਂਦੇ ਇੱਥੋਂ ਇੱਥੇ ਜਾ ਰਹੀ ਹਾਂ ਇੱਥੇ ਜਾਣੀ ਹੈ ਭਾਜੀ ਕੋਈ ਹੋਰ ਰਸਤਾ ਤਾਂ ਉਧਰ ਨਹੀਂ ਚੱਲ ਦਿੰਦੇ ਆ ਲੱਸੀ ਮੂਹਰਾ ਹੀ ਜਾਣੀ ਹੋਰ ਕਿੱਧਰ ਤੇ ਜਾਣੀ ਵਧੀਆ ਹੀ ਤੇਰੀ ਹਰਸ਼ਾ ਹਰਸ਼ਾ ਤੇਰੀ ਮਜ਼ੇਦਾਰ ਹਾਂ ਹੁਣੇ ਤੇ ਮੈਂ ਚੰਗਾ ਭਲਾ ਛੱਡ ਕੇ ਆਇਆ ਕੀ ਹੋਇਆ ਕੀ ਆ ਮੈਂ ਉੱਧਰ ਵੀ ਆਉਂਦਾ ਮੈਂ ਕੀ ਹੋਇਆ ਕੀ ਭਾਜੀ
ਮੇਰਾ ਦੋਸਤਾਂ ਨੂੰ ਅਟੈਕ ਹੋ ਗਿਆ ਕੱਢਿਆ ਲੋ ਜੀ ਲੈ ਕੇ ਉਹਨੂੰ ਕਹਦਾ ਹੋਇਆ ਸਾਨੂੰ ਹੋ ਗਿਆ ਭਾਜੀ ਅਟੈਕ ਓ 143 ਬੰਦੇ ਲੈ ਕੇ ਉੱਥੇ ਹੀ ਪਹੁੰਚੋ ਓਏ ਉੱਥੇ ਭਾਜੀ ਇੱਥੇ ਪੈਸੇ ਤਾਂ ਦੇ ਦਿਓ ਇਹਦੇ ਆਇਆ ਓ ਭਾਜੀ ਇਹਦੇ ਪੈਸੇ ਤਾਂ ਦੇ ਦਿਓ ਇਹਦੇ ਪੈਸੇ ਤਾਂ ਦੇ ਦਿਓ ਓ ਭਾਈ ਸਾਡੇ ਮਸਲਾ ਬਣ ਗਿਆ ਓ ਯਾਰ ਮਸਲਾ ਬਣ ਗਿਆ ਸਾਡੇ ਮਸਲਾ ਸਾਡੇ ਤੇ ਪੈਸੇ ਦੇ ਕੇ ਜਾ ਇੱਕ ਮਿੰਟ ਇੱਥੇ ਹਾਸ਼ਮ ਲਈ ਮੈਂ ਪਹੁੰਚਿਆ ਮਰ ਦੋ ਯਾਰ ਤੂੰ ਪਹੁੰਚਣ ਨੂੰ ਛੱਡ ਸਾਡੇ ਵਾਲਾ ਮਰ ਜਾਵੇ ਉਹ ਸਾਡੇ ਪੈਸੇ ਤਾਂ ਦੇ ਓ ਪੈਸੇ ਦੇ ਦੇਲੇ ਭਰਾਵਾ ਓ ਯਾਰ ਪੈਸੇ ਦੇ ਭਾਈ ਓ ਤੁਸੀਂ ਪਹੁੰਚੋ ਇਹਨੂੰ ਛੱਡ ਓ 143 ਬੰਦੇ ਲੈ ਕੇ ਪਹੁੰਚੋ ਓ 143 ਬੰਦਿਆਂ ਦੀ ਲਾਸ਼ ਹੋਵੇ ਓਏ ਓ ਪੈਸੇ ਨਾ ਦੇ ਭਾਈ ਓ ਵੀਰੇ ਓ ਪੈਸੇ ਨਾ ਦੇ ਓ ਵੀਰੇ ਓ ਫਾੜੇ ਨੂੰ ਓਏ ओ तेरा बेड़ा गर्क जाए छे नान खा गया तू है लख लाने दा तेते ओ गाग दड़ाते साडे सारे तू मैनु तो इंज लगता भी तू रोटी इंज खाना है लख लाने दा भी तेते 700 दी रोटी खा गया कल्ला ही